ਸੰਸਾਰ ਜਿਸਨੂੰ ਮੌਤ ਮੰਨਦਾ ਹੈ ਉਸਨੂੰ ਮੌਤ ਗੁਰਮਤ ਦੇ ਨੁਕਤਾ ਨਿਗਾਹ ਨਾਲ ਨਹੀਂ ਆਖਿਆ ਜਾ ਸਕਦਾ। ਸੰਸਾਰ ਜਿਸਨੂੰ ਜ਼ਿੰਦਗੀ ਮੰਨਦਾ ਹੈ ਗੁਰਮਤ ਉਸਨੂੰ ਜ਼ਿੰਦਗੀ ਵੀ ਪ੍ਰਵਾਨ ਨਹੀਂ ਕਰਦੀ। ਮਹਾਰਾਜ ਜੀ ਦੀਆਂ ਅਗੰਮੀ ਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਜੇ ਗੌਰ ਨਾਲ ਵਿਚਾਰ ਕੇ ਦੇਖੀਏ ਤਾਂ ਆਪ ਫਰਮਾਨ ਕਰਦੇ ਨੇ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਸਰੀਰ ਦਾ ਮੁੱਕ ਜਾਣਾ ਮੌਤ ਨਹੀਂ ਹੁੰਦਾ, ਅਤੇ ਜੇ ਮਨੁੱਖ ਨਾਮ ਨਾਲੋਂ ਟੁੱਟਿਆ ਹੋਵੇ ਅਤੇ ਸਵਾਸ ਚੱਲਦੇ ਹੋਣ ਤਾਂ ਉਸਨੂੰ ਜੀਵਨ ਵੀ ਨਹੀਂ ਆਖਿਆ ਜਾ ਸਕਦਾ। ਸਾਹਿਬ ਗੁਰੂ ਦੇਵ ਗੁਰੂ ਅਰਜਨ ਪਾਤਸ਼ਾਹ ਜੀ ਦੇ ਦੋ ਅਗੰਮੀ ਹੋਰ ਆਪ ਜੀ ਦੇ ਨਾਲ ਬੋਲ ਸਾਂਝੇ ਕਰਨਾ ਚਾਹੁੰਦਾ, ਜਿਨ੍ਹਾਂ 'ਚ ਆਪ ਫਰਮਾਨ ਕਰਦੇ ਨੇ ਕਿ ਮੌਤ ਕੀ ਹੈ ਅਤੇ ਜ਼ਿੰਦਗੀ ਕੀ ਹੈ। ਮਰਨੰ ਬਿਸਰਨੰ ਗੋਬਿੰਦ ਕਹਾ, ਜੀਵਨੰ ਹਰ ਨਾਮ ਧਿਆਵਰਾ। ਸਹੀ ਮਾਣਿਆਂ 'ਚ ਉਸਨੂੰ ਮੌਤ ਆਖਿਆ ਜਾਏਗਾ, ਉਹਦਾ ਜੀਵਨ ਪਲ ਪਲ ਮੌਤ ਦਾ ਦੁੱਖ ਭੋਗਦਾ ਹੈ, ਜਿਸਨੂੰ ਕਰਤਾ ਪੁਰਖ ਦਾ ਨਾਮ ਵਿਸਰ ਜਾਂਦਾ, ਜਿਸਦੇ ਹਿਰਦੇ 'ਚ ਨਾਮ ਚੱਲਦਾ ਹੈ ਉਸਨੂੰ ਸਦੀਵੀ ਜੀਵਨ ਪ੍ਰਾਪਤ ਹੁੰਦਾ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਭ ਜੀਵਨ ਹੋਏ, ਸਦੀਵੀ ਜੀਵਨ ਉਸਦੀ ਝੋਲੀ 'ਚ ਪੈਂਦਾ। ਜਿਸਨੂੰ ਅਸੀਂ ਆਮ ਕਰਕੇ ਜੀਵਨ ਸਮਝਦੇ ਹਾਂ, ਸਰਦਾਰ ਅਕਬਾਲ ਸਿੰਘ ਜੀ ਦੇ ਪਿਆਰ ਦੇ ਨਾਲ ਇਹ ਸਾਰੀਆਂ ਆਪਾਂ ਆਪਣੇ ਸ਼ਰਧਾ ਦੇ ਫੁੱਲ ਭੇਟਾ ਕਰਨ ਲਈ, ਇਸ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਆਪਾਂ ਸਾਰੇ ਗੁਰੂ ਚਰਨਾਂ ਦੇ ਵਿੱਚ ਸ਼ਾਮਿਲ ਹੋਏ ਹਾਂ, ਸਵਾਭਿਮਾਨ ਹੋਏ ਹਾਂ। ਗਿਆਨੀ ਰਣਜੀਤ ਸਿੰਘ ਜੀ ਗੌਰ ਮੌਤ ਦੀ ਗੱਲ ਕਰ ਰਹੇ ਸਨ, ਉਹ ਗੁਰਮੁਖਾਂ ਦੀ ਗੱਲ, ਜਿਹੜੇ ਗੁਰਮੁਖ ਨੇ ਉਹਨਾਂ ਦਾ ਜਿਹੜਾ ਜਨਮ ਹੈ ਮੌਤ ਦਾ ਵੀ ਉਹਨਾਂ 'ਤੇ ਕੋਈ ਪ੍ਰਭਾਵ ਨਹੀਂ ਅਤੇ ਜਨਮ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਗੁਰਮੁਖ ਜਿਹੜੇ ਨੇ
ਗੁਰਮੁਖ ਮਰੈ ਨਾ ਜਨਮੈ ਗੁਰਮੁਖ, ਨਾ ਗੁਰਮੁਖ ਜਨਮ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈਆ ਹੈ ਨਾਮ ਤੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਸਾਰੇ ਪੜੋ ਜੀ, ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਣਾ ਸੁਣਨਾ ਗੱਲਾਂ ਸਮਰਥ ਸੁਆਮੀ ਸੁਰ ਕਿਉਂ ਮਨੋ ਵਿਸਾਰੇ ਪਵਿੱਤਰ ਮਹਾਵਾਕਰਾਨਾ ਜੇ ਵਾਕੀ ਲਿਖਿਆ ਤੇਰਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਤੇ ਉੱਠੀ ਜਾਹੇ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀਆ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀਓ ਆਪ ਜੀ ਦੇ ਦਰ ਕਰਦੇ ਸੇਵਾਦਾਰ ਆਪ ਜੀ ਦੇ ਚਰਨ ਸੇਵਕ ਗੁਰਮੁਖ ਪਿਆਰੇ ਟਹਿਲੀਏ ਸਰਦਾਰ ਜਗਜੀਤ ਸਿੰਘ ਜੀ ਆਪ ਜੀ ਪਾਸੋਂ ਸਵਾਸਾਂ ਦੀ ਦਾਤ ਲੈ ਕਰਕੇ ਮਾਤ ਲੋਕ ਤੇ ਆਏ ਸਨ ਆਪ ਜੀ ਦੁਆਰਾ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਸੰਸਾਰ ਦੀ ਯਾਤਰਾ ਕਰਦਿਆਂ ਹੋਇਆ ਆਈ ਆਗਿਆ ਪਿਰਮੋ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਦੇ ਅਨੁਸਾਰ ਪਿਛਲੇ ਦਿਨੀ ਪਰਲੋਕ ਗਮਨ ਕਰ ਗਏ ਹਨ ਲੇਖਾ ਕਦੇ ਨਾ ਛੁੱਟੀਐ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਸੱਜੇ ਪਾਤਸ਼ਾਹ ਜੀਓ ਜੀਵ ਆਤਮਾ ਕੋਲੋਂ ਸੰਸਾਰ ਵਿੱਚ ਵਿਚਰਦਿਆਂ ਜਾਣੇ ਅਣਜਾਣੇ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਆਪ ਦੀ ਕਿਰਪਾਲੂ ਦਿਆਲੂ ਬਖਸ਼ਣ ਪਿਤਾ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫੀ ਬਖਸ਼ਿਸ਼ ਕਰਕੇ ਤੁਮ ਆਪਨ ਬਿਰਦ ਰਖਾਵਾ ਹੋ ਤੁਮਾਰੀ ਸਰਣ ਤੁਮਾਰੀ ਆਸਾ ਤੁਮਹੀ ਸਜਨ ਸੋਹਲੇ ਉੱਚਾ ਕੀਤਾ ਔਰ ਸਤਿਗੁਰਾਂ ਦੀ ਵਡਿਆਈ ਨੂੰ ਉਜਾਗਰ ਕਰਨਾ ਕੀਤਾ ਔਰ ਉਸੇ ਪ੍ਰਕਾਰ ਹੀ ਤਿਨ੍ਹਾਂ ਦੇ ਸਾਰੇ ਸਪੁੱਤਰ ਸਾਹਿਬਾਨ ਪਹਿਲਾਂ ਭਾਈ ਆਤਮਦੇਵ ਸਿੰਘ ਜੀ ਹੁੰਦੇ ਸਨ ਗੁਰੂ ਕੇ ਜੰਡਿਆਲੇ ਉਦੋਂ ਵੀ ਦਾਸ ਬਾਬਾ ਜੀ ਦੇ ਨਾਲ ਉਹਨਾਂ ਕੋਲ ਜਾਂਦੇ ਰਹੇ ਔਰ ਉਹਨਾਂ ਦਾ ਦਿਹਾਂਤ ਹੋ ਗਿਆ ਸਾਡੇ ਸਤਿਕਾਰਯੋਗ SSP ਸਾਹਿਬ ਔਰ ਸਾਹਿਬ ਜਗਜੀਤ ਸਿੰਘ ਜੀ ਅਤੇ ਇਸੇ ਪ੍ਰਕਾਰ ਪਿੰਡ ਰਹਿੰਦੇ ਹੋਏ ਲਾਡੀ ਜੀ ਸਾਰੇ ਜਿਨ੍ਹਾਂ ਨੂੰ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ ਕਈ ਵਾਰ ਇਹ ਹੁੰਦਾ ਹੈ ਕਿ ਬੈਕੁੰਠ ਸਾਹਿਬ ਬੈਠਣ ਦਾ ਸਮਾਂ ਜਦੋਂ ਅਸੀਂ ਆਪਣੇ ਪਿਤਾ ਦੀ ਗੋਦ ਦੇ ਵਿੱਚ ਬੈਠੇ ਹਾਂ ਦੁਨਿਆਵੀ ਕੰਮ ਇਸ ਤਰ੍ਹਾਂ ਸਾਨੂੰ ਖਿੱਚ ਕੇ ਲੈ ਜਾਂਦੇ ਨੇ ਜਿਸ ਤਰ੍ਹਾਂ ਧਰੂ ਭਗਤ ਨੂੰ ਪਿਤਾ ਦੀ ਗੋਦੀ ਦੇ ਵਿੱਚ ਉਠਾ ਲਿਆ ਸੀ ਬਾਹੋਂ ਪਕੜ ਤਖ਼ਤ ਸ੍ਰੀ ਕੀਰਤਨ ਸਾਹਿਬ ਵੱਲੋਂ ਦਿੱਤੀ ਜਾਣੀ ਹੈ ਜਦੋਂ ਸਾਹਿਬ ਨੂੰ ਵੇਖਿਆ ਕਿਉਂਕਿ ਉਹ ਭਗਤ ਦੇ ਰਹੇ ਨੇ ਸੋ ਰਸਮ ਪਗੜੀ ਹੋ ਗਈ ਹੈ ਇੱਕ ਵਾਰ ਫਿਰ ਆਪ ਸਾਰਿਆਂ ਨੂੰ ਲੰਗਰ ਦੀ ਬੇਨਤੀ ਇੱਕ ਪਗੜੀ ਜ਼ਿੰਮੇਵਾਰ ਦਾ ਜੋ ਭਾਵ
Thank you.
ਅੱਜ ਅਸੀਂ ਸਵਾਸੀ ਸਰਦਾਰ ਸ਼ੇਰ ਸਿੰਘ ਜੀ ਜਿਨ੍ਹਾਂ ਨੂੰ ਸਾਰੇ ਨਿਕਟਵਰਤੀ ਭਾਈ ਸਾਹਿਬ ਕਹਿ ਕੇ ਬੁਲਾਉਂਦੇ ਸਨ, ਉਹਨਾਂ ਦੇ ਲਖਤੇ ਜਿਗਰ ਬਹੁਤ ਹੀ ਪਿਆਰ ਭਿੱਜਿਆ ਹਿਰਦਾ ਸਰਦਾਰ ਜਗਜੀਤ ਸਿੰਘ ਜੀ ਐਡਵੋਕੇਟ ਜੋ ਸੰਸਾਰ ਦੀ ਯਾਤਰਾ ਪੂਰੀ ਕਰਦਿਆਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਨੇ ਜੀ ਰਿਆੜ ਸਾਹਿਬ, ਉਹਨਾਂ ਦੇ ਜਥੇ ਨੇ ਬੈਰਾਗਮਈ ਗੁਰਬਾਣੀ ਕੀਰਤਨ ਰਾਹੀਂ ਆਪ ਜੀ ਦੀ ਖਿਦਮਤ ਕੀਤੀ ਹੈ। ਦਾਸ ਤੋਂ ਬਾਅਦ ਸਿੱਖ ਪੰਥ ਦੀਆਂ ਉੱਚ ਸ਼ਖਸੀਅਤਾਂ ਨੇ ਆਪ ਜੀ ਦੇ ਦਰਸ਼ਨ ਕਰਨੇ ਹਨ। ਵਿਚਕਾਰ ਥੋੜ੍ਹਾ ਜਿਹਾ ਸਮਾਂ ਗੁਰੂ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਬਣ ਸਕੇ ਅਰਦਾਸ ਲਈ। ਇਸ ਲਈ ਗੁਰੂ ਦੇਵ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਬਹੁਤ ਹੀ ਅਦਬ ਸਹਿਤ ਗੁਰੂ ਕੀ ਪਾਵਨ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਜਿਸ ਨੂੰ ਮੌਤ ਮੰਨਦਾ ਹੈ ਉਸਨੂੰ ਮੌਤ ਗੁਰਮਤਿ ਦੇ ਨੁਕਤਾ ਨਿਗਾਹ ਨਾਲ ਨਹੀਂ ਆਖਿਆ ਜਾ ਸਕਦਾ। ਸੰਸਾਰ ਜਿਸ ਨੂੰ ਜ਼ਿੰਦਗੀ ਮੰਨਦਾ ਹੈ ਗੁਰਮਤਿ ਉਸਨੂੰ ਜ਼ਿੰਦਗੀ ਵੀ ਪ੍ਰਵਾਨ ਨਹੀਂ ਕਰਦੀ। ਮਹਾਰਾਜ ਜੀ ਦੀਆਂ ਅਗੰਮੀ ਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਜੇ ਗੌਰ ਨਾਲ ਵਿਚਾਰ ਕੇ ਦੇਖੀਏ ਤਾਂ ਫਰਮਾਨ ਕਰਦੇ ਨੇ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਸਰੀਰ ਦਾ ਮੁੱਕ ਜਾਣਾ ਮੌਤ ਨਹੀਂ ਹੁੰਦਾ, ਤੇ ਜੇ ਮਨੁੱਖ ਨਾਮ ਨਾਲੋਂ ਟੁੱਟਿਆ ਹੋਵੇ ਤੇ ਸਵਾਸ ਚੱਲਦੇ ਹੋਣ ਤੇ ਉਸਨੂੰ ਜੀਵਨ ਵੀ ਨਹੀਂ ਆਖਿਆ ਜਾ ਸਕਦਾ। ਸਾਹਿਬ ਗੁਰੂ ਦੇਵ ਗੁਰੂ ਅਰਜਨ ਪਾਤਸ਼ਾਹ ਜੀ ਦੇ ਦੋ ਅਗੰਮੀ ਹੋਰ ਆਪ ਜੀ ਦੇ ਨਾਲ ਬੋਲ ਸਾਂਝੇ ਕਰਨਾ ਚਾਹੁੰਦਾ, ਜਿਨ੍ਹਾਂ ਚ ਆਪ ਫਰਮਾਨ ਕਰਦੇ ਨੇ ਕਿ ਮੌਤ ਕੀ ਹੈ ਤੇ ਜ਼ਿੰਦਗੀ ਕੀ ਹੈ। ਮਰਨੰ ਬਿਸਰਨੰ ਗੋਬਿੰਦਾ, ਜੀਵਨੰ ਹਰ ਨਾਮ ਧਿਆਵਦਾ। ਸਹੀ ਮਾਣਿਆਂ ਚ ਉਸਨੂੰ ਮੌਤ ਆਖਿਆ ਜਾਏਗਾ, ਉਹਦਾ ਜੀਵਨ ਪਲ ਪਲ ਮੌਤ ਦਾ ਦੁੱਖ ਭੋਗਦਾ ਹੈ ਜਿਸ ਨੂੰ ਕਰਤਾ ਪੁਰਖ ਦਾ ਨਾਮ ਵਿਸਰ ਜਾਂਦਾ। ਜਿਸ ਦੇ ਹਿਰਦੇ ਚ ਨਾਮ ਚੱਲਦਾ ਹੈ ਉਸਨੂੰ ਸਦੀਵੀ ਜੀਵਨ ਪ੍ਰਾਪਤ ਹੁੰਦਾ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਭ ਜੀਵਨ ਹੋਏ, ਸਦੀਵੀ ਜੀਵਨ ਉਸਦੀ ਝੋਲੀ ਚ ਪੈਂਦਾ। ਜਿਸਨੂੰ ਅਸੀਂ ਆਮ ਕਰਕੇ ਜੀਵਨ ਸਮਝਦੇ ਹਾਂ, ਪਹਿਲੇ ਸਵਾਸ ਤੋਂ ਆਖਰੀ ਸਵਾਸ ਤੱਕ ਦਾ ਸਮਾਂ, ਦਰਅਸਲ ਇਹ ਜੀਵਨ ਨੂੰ ਪ੍ਰਾਪਤ ਕਰਨ ਦਾ ਇੱਕ ਮੌਕਾ ਹੈਗਾ। ਇਸ ਲਾਈਫ ਟਾਈਮ ਨੂੰ ਜੀਵਨ ਨਹੀਂ ਆਖਿਆ ਜਾ ਸਕਦਾ। ਜਿਸ ਨੂੰ ਪ੍ਰਾਪਤ ਕਰਨ ਆਏ ਹਾਂ ਉਹ ਕਰਤਾ ਪੁਰਖ ਜੀਵਨ ਹੈ। ਇਹ ਜੀਵਨ ਨੂੰ ਪ੍ਰਾਪਤ ਕਰਨ ਦਾ ਮੌਕਾ ਹੈ। ਜੈਸੇ ਮਹਾਰਾਜ ਬਾਣੀ ਚ ਕਹਿੰਦੇ ਨੇ, ਭਈ ਪ੍ਰਾਪਤ ਮਾਨੁਖ ਦੇਹ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ। ਵਰਨਾ ਵੱਡੇ ਵੱਡੇ ਸ਼ਹਿਨਸ਼ਾਹ ਇਸ ਸੰਸਾਰ ਤੋਂ ਹੋ ਕੇ ਚਲੇ ਗਏ ਹਨ, ਉਹਨਾਂ ਨੂੰ ਜੀਵਦੇ ਨਹੀਂ ਆਖਿਆ ਜਾ ਸਕਦਾ। ਬੜੇ ਖੂਬਸੂਰਤ ਦੇ ਕਾਲਮ ਦੇ ਦੋ ਬੋਲ ਨੇ, ਕਹਿੰਦੇ ਮਿਟੇ ਹੈ ਯਹਾਂ ਪਰ ਨਿਸ਼ਾਨ ਕੈਸੇ ਕੈਸੇ, ਜ਼ਮੀਨ ਖਾ ਗਈ ਆਸਮਾਨ ਕੈਸੇ ਕੈਸੇ, ਜਿਨਕੇ ਡੰਕੋ ਸੇ ਗੂੰਜਦੇ ਥੇ ਜ਼ਮੀਨੋ ਆਸਮਾਨ, ਚੁੱਪ ਪੜੇ ਹੈ ਕਬਰ ਮੈਂ ਅਬ ਹੋ ਨਾ ਹਾਂ ਕੁਛ ਵੀ ਨਹੀਂ। ਪਰ ਨਾਮ ਜਾਲ ਜੁੜਿਆ ਹੋਇਆ ਮਨੁੱਖਾਂ ਦਾ ਜੀਵਨ ਸਦੀਵ ਕਾਲ ਲਈ ਸਨਮਾਨ ਦਾ ਪਾਤਰ ਰਹਿੰਦਾ। ਜੈਸੇ ਰਵਿਦਾਸ ਜੀ ਨੇ, ਕਬੀਰ ਜੀ ਨੇ, ਸਤਨਾ ਆਦਿਕ ਨੇ
ਇਹਨਾਂ ਮਹਾਨ ਪੁਰਖਾਂ ਦੇ ਨਾਲ ਸਾਡਾ ਸੰਸਾਰਿਕ ਰਿਸ਼ਤਾ ਤੇ ਕੋਈ ਨਹੀਂ ਮਿਲੇ ਵੀ ਕਦੀ ਨਹੀਂ, ਪਰ ਇਹਨਾਂ ਨੂੰ ਸਾਰਾ ਜਗਤ ਸਜਦਾ ਕਰਦਾ। ਕਾਰਨ ਕੀ ਹੈ? ਨਾਮ ਨਾਲ ਜੁੜਿਆ ਹੋਇਆ ਜੀਵਨ ਉਹਨਾਂ ਦੇ ਕੋਲ ਮੌਜੂਦ ਹੈ। ਬੜੀਆਂ ਵੱਡੀਆਂ ਵੱਡੀਆਂ ਨਿਰਮਲ ਆਤਮਾਵਾਂ ਦਾ ਪਰਿਵਾਰ ਨਾਲ ਨੇੜਤਾ ਦਾ ਸੰਬੰਧ ਹੈ। ਹੁਣੇ ਰਾਮਪੁਰ ਖੇੜੇ ਵਾਲੇ ਮਹਾਂਪੁਰਖ ਸੰਤ ਬਾਬਾ ਸੇਵਾ ਸਿੰਘ ਜੀ, ਉਹ ਵੀ ਇਸ ਗੁਰਮਤਿ ਸਮਾਗਮ ਵਿੱਚ ਜੋ ਅਰਦਾਸ ਦੇ ਰੂਪ ਚ ਰੱਖਿਆ ਹੈ ਆਪਣੀ ਹਾਜ਼ਰੀ ਲਵਾ ਰਹੇ। ਬਸ ਦੋ ਤਿੰਨ ਮਿੰਟ ਆਪ ਜੀ ਦੇ ਲੈ ਕੇ ਮੈਂ ਆਪ ਕੋਲੋਂ ਖਿਮਾ ਪ੍ਰਾਰਥੀ ਹੋਵਾਂਗਾ। ਭਾਈ ਗੁਰਦਾਸ ਕਹਿੰਦੇ ਨੇ ਜਿਹੜਾ ਸਰੀਰ ਤਾਂ ਸੰਸਾਰ ਤੋਂ ਤਿਆਗ ਕੇ ਜਾਣਾ ਹੈ ਉਹ ਮਨਮੁਖਾਂ ਲਈ ਸਭ ਤੋਂ ਵੱਡੇ ਦੁੱਖ ਦਾ ਬਾਇਸ ਹੁੰਦਾ ਹੈ, ਤੇ ਗੁਰਮੁਖਾਂ ਲਈ ਇਹ ਸਰੀਰ ਤਿਆਗਣਾ ਉਹਨਾਂ ਦਾ ਸਮਾਂ ਜਾਂ ਜਿਸ ਨੂੰ ਅਸੀਂ ਮੌਤ ਕਹਿੰਦੇ ਹਾਂ ਉਹ ਸੇਵਾਦਾਰ ਦੇ ਤਰ੍ਹਾਂ ਆਉਂ। ਜੋ ਪਿਛਲੇ ਦਿਨਾਂ ਦੇ ਵਿੱਚ ਅਕਾਲ ਚਲਾਉਣ ਕਰ ਗਏ ਸਨ, ਬਹੁਤ ਸਾਰੀਆਂ ਧਾਰਮਿਕ ਸ਼ਖਸੀਅਤਾਂ ਖਾਲਸੇ ਦੇ ਪ੍ਰਕਾਸ਼ ਅਸਥਾਨ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਾਹਿਬ ਗਿਆਨੀ ਰਣਵੀਰ ਸਿੰਘ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅਰਦਾਸੀਏ ਸਾਬਕਾ ਭਾਈ ਧਰਮ ਸਿੰਘ ਜੀ, ਮੌਜੂਦਾ ਭਾਈ ਸੁਲਤਾਨ ਸਿੰਘ ਜੀ ਅਤੇ ਗਿਆਨੀ ਰਣਜੀਤ ਸਿੰਘ ਜੀ ਗਹੌਰ, ਔਰ ਬਹੁਤ ਹੀ ਗੁਰੂ ਨਵਾਜੇ ਹੋਏ ਪ੍ਰਿੰਸੀਪਲ ਸਰਦਾਰ ਰਾਮ ਸਿੰਘ ਜੀ, ਕਿਉਂਕਿ ਉਹਨਾਂ ਦੇ ਸੰਬੰਧ ਸਾਡੇ ਨਗਰਾਂ ਦੇ ਨਾਲ ਉਸ ਗੁਰੂ ਚਰਨਾਂ ਦੀ ਨਵਾਜੀ ਹੋਈ ਨਾਮ ਬਾਣੀ ਦੇ ਰਸੀਏ ਪਰਉਪਕਾਰੀ ਜੀਵਨ ਮੁਕਤ ਸਰਦਾਰ, ਔਰ ਜਿਹਨੂੰ ਭਾਈ ਸਾਹਿਬ ਜੀ ਕਹਿ ਕੇ ਕਹਿੰਦੇ ਸਨ, ਭਾਈ ਸਾਹਿਬ ਸਿੰਘ, ਭਾਈ ਸਾਹਿਬ ਜੀ, ਭਾਈ ਸ਼ੇਰ ਸਿੰਘ ਜੀ, ਜਿਨ੍ਹਾਂ ਦੇ ਦੀਦਾਰ ਕਰਨ ਦਾ ਸੁਭਾਗ ਜਦੋਂ ਦਾਸ ਸੱਚਖੰਡ ਵਾਸੀ ਗਿਆਨੀ ਗੁਰਬਚਨ ਸਿੰਘ ਜੀ ਖਾਸਲਾ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਸ ਵਿੱਚ ਪੜ੍ਹਦੇ ਸਨ ਉਹਨਾਂ ਨੂੰ ਉਹਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਸਾਰੀਆਂ ਪਰਿਵਾਰ ਦੇ ਸੱਜਣ ਮਿੱਤਰ ਸਰਦਾਰ ਅਕਬਾਲ ਸਿੰਘ ਜੀ ਦੇ ਪਿਆਰ ਦੇ ਨਾਲ ਇਹ ਸਾਰੀਆਂ ਆਪਾਂ ਆਪਣੇ ਸ਼ਰਧਾ ਦੇ ਫੁੱਲ ਭੇਟਾ ਕਰਨ ਲਈ, ਇਸ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਆਪਾਂ ਸਾਰੇ ਗੁਰੂ ਚਰਨਾਂ ਦੇ ਵਿੱਚ ਸ਼ਾਮਿਲ ਹੋਏ ਹਾਂ, ਸਭਾਏਮਾਨ ਹੋਏ ਹਾਂ। ਗਿਆਨੀ ਰਣਜੀਤ ਸਿੰਘ ਜੀ ਗੌਰ ਮੌਤ ਦੀ ਗੱਲ ਕਰ ਰਹੇ ਸਨ, ਉਹ ਗੁਰਮੁਖਾਂ ਦੀ ਗੱਲ, ਜਿਹੜੇ ਗੁਰਮੁਖ ਨੇ ਉਹਨਾਂ ਦਾ ਜਿਹੜਾ ਜਨਮ ਹੈ, ਮੌਤ ਦਾ ਵੀ ਉਹਨਾਂ 'ਤੇ ਕੋਈ ਪ੍ਰਭਾਵ ਨਹੀਂ ਅਤੇ ਜਨਮ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਗੁਰਮੁਖ ਜਿਹੜੇ ਨੇ, ਗੁਰਮੁਖ ਮਰੇ ਨਾ ਜਨਮੇ ਗੁਰਮੁਖ, ਨਾ ਗੁਰਮੁਖ ਜਨਮ ਲੈਂਦਾ ਵਾ ਨਾ ਉਹਦੇ 'ਤੇ ਮੌਤ ਦਾ ਪ੍ਰਭਾਵ ਹੁੰਦਾ, ਉਹ ਜਮ ਕਾਲ ਮਿਲੇ ਤੇ ਭੇਟ ਸੇਵ ਕਿਨਤ ਹੋਈ। ਜਿਸ ਕਾਲ ਦਾ ਚੱਕਰ ਸਮੁੱਚੇ ਬ੍ਰਹਿਮੰਡ ਵਿੱਚ ਚੱਲ ਰਿਹਾ ਵਾ, ਬੜੀ ਤੇਜ਼ੀ ਨਾਲ ਚੱਲ ਰਿਹਾ ਵਾ, ਉਹਨੂੰ ਕੋਈ ਰੋਕਣ ਵਾਲਾ ਅਜੇ ਤੱਕ ਪੈਦਾ ਹੋਇਆ ਨਹੀਂ, ਨਾ ਕੋਈ ਪੈਦਾ ਹੋਇਆ। ਮੌਤ ਤੋਂ ਬਚ ਕੇ ਕੋਈ ਮਨੁੱਖ ਵੀ ਕਿਸੇ ਪਾਸੇ ਜਾ ਨਹੀਂ ਸਕਦਾ, ਮੌਤ ਹਰ ਮਨੁੱਖ ਦੇ ਸੱਜੇ 'ਤੇ ਮੰਡਲਾ ਰਹੀ ਆ। ਜਿਵੇਂ ਵਿਦਵਾਨ ਕਹਿੰਦੇ ਨੇ ਮੌਤ ਅਟਲ ਸੱਚਾਈ ਹੈ, ਪ੍ਰਸਾਦ ਸੰਤ ਜੀ ਸਤਿਗੁਰੂ ਜੀ ਨੇ ਇੱਕ ਅਟਲ ਸੱਚਾਈ ਦੀ ਹੋਰ ਵੀ ਗੱਲ ਗੁਰਬਾਣੀ ਵਿੱਚ ਕੀਤੀ, ਜੋ ਵੀ ਸੰਸਾਰ ਵਿੱਚ ਆਇਆ ਉਹ ਬਹੁਤਾ ਜੀਵਨ ਚਾਹੁੰਦਾ ਮਰਨਾ ਨਹੀਂ ਚਾਹੁੰਦਾ। ਜਪਤ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਬਚਨ ਹੈ, ਬਹੁਤਾ ਜੀਵਨ ਮੰਗੀ ਹੈ ਮੋਹਰ ਨਾ ਡੋਲਾ, ਕੋਈ ਨਹੀਂ ਚਾਹੁੰਦਾ ਮੈਂ ਸੰਸਾਰ ਤੋਂ ਚਲੇ ਜਾਵਾਂ। ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਹੈ, ਮਰਨੇ ਤੇ ਜਪਤ ਡਰੈ ਜੀਵਿਆ ਲੋੜੈ ਸਭ ਕੋਏ, ਮੌਤ ਤੋਂ ਹਰ ਬੰਦਾ ਡਰਦਾ। ਗੁਰੂ ਰਾਮਦਾਸ ਮਹਾਰਾਜ ਜੀ ਦੇ ਵੀ ਪਾਵਨ ਬਚਨ ਹੈ ਵੀ ਸੰਸਾਰ ਵਿੱਚ ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਆਸਤਕ ਹੈ, ਭਾਵੇਂ ਕੋਈ ਨਾਸਤਕ ਹੈ, ਭਾਵੇਂ
मौत को डरना, मौत को पसंद नहीं है। गुरु रामदास महाराज का बचन है, जग मर न पाया नित आप लुकाया मत दम पकड़ा ले जाए। मौत को हर बंदा डरता पर मौत अचल अटल सजाई है। आप देखते हो नित सूरज चढ़ता वा, शाम को अलोप हो जाता, छप जाता, फिर रात आ जाती है, रात भी गुजर जाती है, बतीत हो जाती है, फिर दिन चढ़ता। यह सिलसिला जदों तो समुचे खंडा ब्रह्मंडा की रचना प्रभु ने की है उस समय तो ही चलता आ रहा और चलता रहेगा। श्री गुरु अर्जन देव महाराज जी का पावन वचन है, दिन ते सर पर पौसी रात रहनगी फिर होए प्रभात। जिवें दिन तो मगरों रात आउंदी है, रात तो मगरों दिन अवश्य आउंदा है, साथ संगती जन्म तो मगरों मौत भी अवश्य आउंदी है। जब गुरु नानक देव महाराज जी का पावन वचन है, जो जन्म है तिस सर पर मरना, क्यों मरना है, किरत पया ससाहे, किते हुए कर्मां दे अनुसार हर जीव जदों जन्म लैंदा ना, इह गल याद रखे जायो, जन्म हर जीव नूं मगरों मिलदा है, मौत दा समां मौत दा दिहाड़ा हर मनुख दे मस्तक दे उत्ते पहला अंक हुंदा है। सतगुरु जी का पावन वचन है, जो असीं वेख रहे हां ते जो भी इस ते मरन वाला मंडल है संसार, बड़े बड़े शक्तिशाली बहुत संसार विच चक्रवर्ती राजे आए और बड़े बड़े शक्तिशाली बहुत सारे संसार विच आए पर कोई भी संसार शरीर करके नहीं रहा। यह मरण वाले का मंडल है। जगत महाराज जी का पावन वचन है, मरण लिखाए मंडल में आए क्यों रही है चरण प्रसाए। मरण लिखा के जीव आउंदा वा, संसार विच उन्हें रहना नहीं है, किसी ने भी नहीं रहना। पर एक गल याद रखो, संसार विच दो तरह के बंदे आउंदे ने, एक फुलां दी खुशबू वांग अपना कर्म इहो जिहे करदे ने जिवें फुलां विचों सुगंधी आउंदी है, सुगंधी छड जांदे ने। एक बंदे होर भी आउंदे ने जिहड़े कर्म इहो जिहे करदे ने उह बदबू ते दुर्गंधी छड जांदे ने, फुलां विचों सुगंधी आउंदी है। चंगे कर्म जीव करदे ने प्रभाव पैंदा अमीर गरीब भी, पर दूजे पासे भी देखिया तुसीं वड्डे वड्डे शहरां दे छोटे छोटे कस्बियां दे बाहर गंदे ढेर लगे हुए ने, उन्हां विचों बदबू आउंदी है। फुलां दीआं खिड़ियां होईआं क्यारियां ने उन्हां विचों खुशबू आउंदी है। इहो जिहे बंदे संसार विच आउंदे ने, अपना जीवन जिहड़ा उन्हां लोक याद करदे ने उह खुशबू छड जांदे ने, दूजे दुगंधी बदबू भी छड जांदे ने, पर असां प्रेरणा लैणी है। इह परिवार गुरु घर दे नाल जुड़िया है, आ सारे जिवें तुसीं सारे प्यार वाले आए हो, हर बंदा यह कहेगा मेरा इन्हां नाल बहुत प्यार सीगा, मेरा बड़ा सत्कार सीगा। सो सतगुरु जी रहमत करन, इस तरह ही यह परिवार गुरु चरणा नाल जुड़िया रहे। आ कितने साडे सत्कारयोग सिंह साहिबान आए ने और बहुत ही निर्मलात्मा संत बाबा सेवा सिंह जी होरी आए ने और होर भी बहुत सारियां शख्सियतां आईयां ने जिन्हां दा जिक्र सरदार रजिंदर सिंह जी सैकटरी करनगे, दसणगे किन्नी किन्नी हमदर्दी कर ली असीं आए हैं। पर गल कह के मैं क्षमा मंगा कि हाजिर ने और मन करदा सुनी चाहिए, लेकिन समा इजाजत नहीं दे रहा। हुण आनंद साहब का पाठ होगा और भाई साहब भाई रणजीत सिंह जी गौर इन्हू लीड करनगे, जिन्होंने हमने थोड़ी देर पहले कथा भी की सी। सो आनंद साहब का पाठ होगा। सतगुरु साथ अनंत पया मेरी माए, सतगुरु मैं पाया, राग रतन परवार परिया शब्द गावण आईया, कहे नाम ते आनंद हुआ सतगुरु मैं पाया। सारे पढ़ो जी, हर नाल रहो तू मन मेरे दुख सब विसारना, सब
ਸੁਖਨਾ ਗੱਲਾਂ ਸਮਰਥ ਸੁਆਮੀ ਸੁਰ ਕਿਉ ਮਨੋ ਵਿਸਾਰੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਏ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸੱਚਾ ਨਾਮ ਮੇਰਾ ਸਾਚ ਨਾਮ ਮੇਰਾ ਭਾਵ ਮੇਰਾ ਭੁੱਖਾਂ ਸਭ ਦੁਆਈਆਂ ਧਰ ਕੇ
ਖਾਲਸਾ ਜੀ ਬੋਲੋ ਜੀ, ਜਿੰਨਾ ਸਿੰਘਾਂ ਸਿੰਘਣੀਆਂ ਨੇ ਧਨ ਹੇਤ ਸੀਸ ਦਿੱਤੇ ਬੰਦ ਬੰਦ ਕਢਾਏ, ਖੋਪਰੀਆਂ ਲਵਾਈਆਂ ਚੜ ਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਜੀ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿਤ ਆਵੇ ਜਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਣੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੋਂਗੇ, ਜੁਗੋ ਜੁਗੇ ਅਟਲ ਧਰਮ ਕਾ ਜੈਕਾਰ, ਬੋਲੋ ਜੀ, ਸਿੱਖਾਂ ਦਾ ਮਾਨ ਨੀਵਾ, ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਧਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਸੱਚੇ ਪਿਤਾ ਵਾਹਿਗੁਰੂ ਜੀਓ, ਪਦ ਪਾਵਨ ਕਿਰਪਾ ਨਿਧਾਨ, ਭਗਤ ਵਸਲ ਚਵਰ ਸ਼ਤਰ ਤਖਤ ਦੇ ਮਾਲਕ, ਜੁਗ ਜੁਗ ਅਕਾਲ ਗਰੀਬ ਨਿਵਾਜ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾ ਪਾਸ ਸਰਬੋਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਗਣੀ ਹੈ, ਸਤਿਗੁਰੂ ਜੀਓ ਗੁਰਬਾਣੀ ਦੇ ਪਾਵਨ ਪਵਿੱਤਰ ਮਹਾਂਵਾਕ ਹਨ, ਜੇ ਆਚੀਰੀ ਲਿਖਿਆ ਤੇਰਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸੱਤੇ ਉੱਠੀ ਜਾਹੇ, ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਵਾਰੀਆ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀਓ, ਆਪ ਜੀ ਦੇ ਦਰਸ਼ਨ ਦੇ ਸੇਵਾਦਾਰ, ਆਪ ਜੀ ਦੇ ਚਰਨ ਸੇਵਕ, ਗੁਰਮੁਖ ਪਿਆਰੇ ਟਹਿਲੀਏ ਸਰਦਾਰ ਜਗਜੀਤ ਸਿੰਘ ਜੀ, ਆਪ ਜੀ ਪਾਸੋਂ ਸਵਾਸਾਂ ਦੀ ਦਾਤ ਲੈ ਕਰਕੇ ਮਾਤ ਲੋਕ ਤੇ ਆਏ ਸਨ, ਆਪ ਜੀ ਦੁਆਰਾ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਸੰਸਾਰ ਦੀ ਯਾਤਰਾ ਕਰਦਿਆਂ ਹੋਇਆ ਆਈ ਆਕਿਆ ਪਿਰਹੋ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ ਦੇ ਅਨੁਸਾਰ, ਪਿਛਲੇ ਦਿਨੀ ਪਰਲੋਕ ਗਮਨ ਕਰ ਰਹੇ ਹਨ,
ਲੇਟਾ ਕਦੇ ਨਾ ਛੁੱਟੀਐ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਰ ਬਖਸ਼ ਲੈ ਨਾਨਕ ਪਾਰ ਉਤਾਰ ਸੱਜੇ ਪਾਤਸ਼ਾਹ ਜੀਓ ਜੀਵ ਆਤਮਾ ਕੋਲੋ ਸੰਸਾਰ ਵਿੱਚ ਵਿਚਰਦਿਆਂ ਜਾਣੀ ਅਣਜਾਣੀ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਆਪ ਦੀ ਕਿਰਪਾਲੂ ਦਿਆਲੂ ਬਖਸ਼ਣ ਪਿਤਾ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫੀ ਬਖਸ਼ਿਸ਼ ਕਰਕੇ ਕਹੈ ਕਬੀਰ ਸੁਨੋ ਰੇ ਸੰਤ ਹੋ ਖੇਲ ਹੀ ਕਰ ਹੋ ਨਿਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਾਹਰ ਨਾ ਭਲ ਜਲ ਫੇਰਾ ਵਾਲੀਆਂ ਬਖਸ਼ਿਸ਼ਾਂ ਕਰਦਿਆਂ ਹੋਇਆਂ 84 ਲੱਖ ਜੁਨਾ ਤੋਂ ਬਚਾ ਕੇ ਆਵਾ ਕੌਣ ਜਨਮ ਮਰਨ ਦਾ ਗੇੜ ਕੱਟ ਕੇ ਸਦੀਵ ਕਾਲ ਵਾਸਤੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਵਰ ਬਖਸ਼ਣਾ ਵਿਛੜੀ ਹੋਈ ਰੂਹ ਦੀ ਸ਼ਾਂਤੀ ਵਾਸਤੇ ਆਪ ਜੀ ਵਿੱਚ ਅਭੇਦਤਾ ਅਤੇ ਨਿਰਵਲੀਨਤਾ ਲਈ ਸੰਸਾਰ ਵਿੱਚ ਵਿਚਰਦਿਆਂ ਜਾਣੇ ਅਣਜਾਣੇ ਉਹਨਾਂ ਪਾਸੋਂ ਹੋਈਆਂ ਗਲਤੀਆਂ ਦੀ ਮੁਆਫੀ ਵਾਸਤੇ ਆਪ ਜੀ ਦੁਆਰਾ ਚਲਾਈ ਹੋਈ ਮਰਿਆਦਾ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀਓ ਦੇ ਅਨੁਸਾਰ ਪਰਿਵਾਰ ਨੇ ਇਕੱਤਰ ਹੋ ਕਰਕੇ ਆਪ ਜੀ ਦੇ ਪਾਵਨ ਪਵਿੱਤਰ ਚਰਨ ਆਪਣੇ ਗ੍ਰਹਿ ਵਿਖੇ ਪਰਸ ਕੇ ਧੁਰਕੀ ਬਾਣੀ ਦੇ ਜਾਪ ਕਰਵਾਏ ਉਪਰੰਤ ਗੁਰਦੁਆਰਾ ਸਾਹਿਬ ਜੀ ਵਿਖੇ ਆਪ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਗੁਰਮਤ ਸਮਾਗਮ ਹੋਏ ਰਾਗੀ ਸਿੰਘਾਂ ਵੱਲੋਂ ਸ਼ਬਦ ਗੁਰਬਾਣੀ ਦਾ ਕੀਰਤਨ ਹੋਇਆ ਹੈ ਕਥਾ ਵਿਚਾਰਾਂ ਹੋਈਆਂ ਹਨ ਸਤਿਗੁਰੂ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਹੋਇਆਂ ਗੁਰਬਾਣੀ ਪੜ੍ਹਦਿਆਂ ਗੁਰਬਾਣੀ ਗਾਇਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਿਸ਼ ਕਰਨੀ ਅੱਗੇ ਤੋਂ ਸਮਤ ਬਖਸ਼ਣੀ ਬੜੀ ਸੁਣੀ ਗੁਰਬਾਣੀ ਦਾ ਮਹਾਤਮ ਵਿਛੜੀ ਹੋਈ ਰੂਹ ਨੂੰ ਬਖਸ਼ਿਸ਼ ਕਰਨਾ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਆਪਣੇ ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਅੰਮ੍ਰਿਤ ਵੇਲੇ ਦੀ ਜਾਗਰਤਾ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨਾ ਅੱਗੇ ਤੋਂ ਘਰ ਪਰਿਵਾਰ ਵਿੱਚ ਸੁੱਖ ਵਰਤਾਉਣੀ ਸੱਜੇ ਪਾਤਸ਼ਾਹ ਜੀਓ ਜਿਸ ਤਰ੍ਹਾਂ ਸਰਦਾਰ ਜਗਜੀਤ ਸਿੰਘ ਮਿਹਨਤੀ ਸਨ ਬਾਣੀ ਅਤੇ ਬਾਣੀ ਦੇ ਧਾਰਨੀ ਸਨ ਲੋਕ ਭਲਾਈ ਦੇ ਕੰਮਾਂ ਵਿੱਚ ਆਗੂ ਸਨ ਇਸੇ ਤਰ੍ਹਾਂ ਹੀ ਪਰਿਵਾਰ ਦੇ ਬੱਚਿਆਂ ਦੇ ਸੀਸ ਉੱਤੇ ਰਹਿਮਤ ਭਰਿਆ ਹੱਥ ਰੱਖ ਕੇ ਉਹਨਾਂ ਵੱਲੋਂ ਦਰਸਾਏ ਹੋਏ ਮਾਰਗ ਉੱਤੇ ਚੱਲਣ ਦਾ ਬੱਚਿਆਂ ਨੂੰ ਬਾਲ ਬਖਸ਼ਿਸ਼ ਕਰਨਾ ਸਮੁੱਚੇ ਪਰਿਵਾਰ ਵਿੱਚ ਆਪਸੀ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀਓ ਆਪ ਜੀ ਦੇ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਰੁਮਾਲੇ ਭੇਟ ਕੀਤੇ ਗਏ ਆਪ ਜੀ ਦੇ ਅੰਗਾਂ ਨਾਲ ਸੁਸ਼ੋਭਿਤ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਪਰਦੇ ਕੱਢਣੇ ਇੱਜ਼ਤ ਪਦ ਰੱਖਣੀ ਹਰਤ ਪਲਤ ਸਹਾਈ ਹੋਣਾ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਅਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਅੱਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਗੇ ਭਈ ਅਕਾਲ ਕੀ ਤਪੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਜ ਹੈ ਖੋਜ ਸ਼ਬਦ ਮੈਨੇ ਰਾਜ ਕਰੇਗਾ ਬਾਕੀ ਰਹੇ ਨਾ ਖੁਆਰ ਹੋਏ ਸਭ ਮਿਲਣਗੇ ਬਜੇ ਸ਼ਰਨ ਜੋ ਹੋਏ ਦੇਖ ਨਾਨਕ ਲੇਖਾ ਅਗਲੀਆਂ ਜਿੰਦ ਨਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ ਰੇ ਮਨ ਤੇਰੋ ਕੋਈ ਨਹੀਂ ਖਿੰਚ ਲੇ ਜਿਨ ਭਾਰ ਬਿਰਖ ਬਸੇਰੋ ਪੰਖ ਕੋ ਤੈ ਸੋਏ ਹੋ ਸੰਸਾਰ ਬਿਰਖ ਹੇਠ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੋਲਨ ਮਿੱਠੇ ਅਸਤ ਉਦੋਤ ਭਇਆ ਉੱਠ ਚੱਲੇ ਜਿਉਂ ਜਿਉਂ ਔਦ ਵਿਹਾਣੀਆਂ ਰਾਣਾ ਰਾਉ ਨਾ ਕੋ ਰਹਿ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਵਾਹੇ ਕੱਲੇ ਆਵਹਿ ਨਾਨਕਾ ਸਦੇ ਉੱਠੀ ਜਾਹੇ। ਕਹੋ ਤਲ ਗੁਰੂ ਸੇਵੀਐ ਅਹਨ ਸੁਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਸੋਹ ਕੁਰਸੋਹ ਚੱਕੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਪੰਜਵਾ ਤੋਮਾ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲਾ ਹੋ ਹਮ ਬਾਰਿਕ ਤੁਮਰੇ ਤਾਰੇ ਤੁਮਾ ਦਾਤੇ ਠਾਕੁਰ ਪ੍ਰਤਪਾਲਕ
नायक खसम हमारे निमख निमख तुम ही प्रतपाल हो हम बारिक तुम्हारे तारे जेहवा एक कवन गुण कहिया बेसुमार बेअंत स्वामी तेरो अंत ना के नही लहिया रहाओ कोट प्राण हमारे खंड हो अनेक विधि समझाव हो हम अज्ञान अल्प मत थोरी तुम आपन बिरद रखाव हो तुम्हारी शरण तुम्हारी आशा तुम ही सज्जन सोहेले और बहुत ही उच्चियां शख्सियतें जो के सारे पॉलिटिकल पार्टियां और नाले समाज की जुड़िया बहुत उच्च शख्सियतें ने सड़क पर पहुंची ने जिन्हों विचों सब तो पहला गुरुद्वारा शहीद बाबा दीप सिंह को एक शोक मताया विकास नगर तो पंजाब एंड सिंध बैंक परिवार रिटायरिंग की एसोसिएशन है उतो एक शोक मताया है सरदार सतवंत सिंह जी मोही एक्स एमएलए एक्स पंजाब पब्लिक सर्विस कमीशन के मैंबर पटियाले तो एक शोक मशा शोक मताया है उन्होंने गुरुद्वारा सिंह सरदार सराभा नगर जिथे असं बैठे हाँ इतों एक शोक मता साढ़े को पहुंचा है डॉक्टर डी एन कॉटनिस हॉस्पिटल जो कि डॉक्टर जी एस मक्कड़ साहब लैके आए हैं प्राचीन गौशाला गौ रक्षा समिति लुधियाना तो कीमत राय सीकरी साहब एक शोक मता लैके आए हैं विजय परिवार के नाम की संगत करने वास्ते गुरु दरबार में बैठे हो और इस परिवार का संबंध 1947 की पार्टीशन को पहला दा उस महानात्मा सचखंड वासी श्री महान संत बाबा हरनाम सिंह जी होरां दे नाल जिस वेले महापुरख अजे तक 119 चक जनूबी विच गए महापुरखां ने जो ये असाध रोग लगा होया सी उसका सारा दारू दसिया कि इस तरह तुसी करो तुहाडी जिहड़ी आ बीमारी सदा वास्ते शरीर खत्म हो जाएगी जदों बीमारी ठीक हो गई नाल ही आत्मक तौर ते उन्होंने महापुरखा तो लाग लगी संगत की और उच्च पदवी को परमेश्वर अकाल पुरख वाहगुरु के वसन प्राप्त किया और दास जी उस वेले 8-10 साल की उम्र से तकरीबन सुधार महापुरखों के नाल आना जाना कई कई दिन इन्होंने ग्रह विखरैना उस वेले सरदार अध्याप सिंह जी सूबेदार साहब भाई बधावा सिंह जी और होर अनेक बड़िया नाम रसिया रूहां उस वेले विचरदिया सन और खास करके आप जी ने इन्ना भजन सिमरन अपने जीवन में भाई साहब भाई शेर सिंह होर ने किया कि जे किसी ने वह पढ़ना हो नेहा पुस्तक जो है उस दे विच विस्तार दे नाल अंकित किया होया इतों तक उस वेले दे आई जी कमल शमशेर सिंह तिना की धर्म पत्नी कोर्ट जिहड़ा है उच्चा किया और सतपुरां की वडियाई नूं उजागर करना किया और उस प्रकार ही तिना दे सारे सपुत्र साहबान पहला भाई आत्मदेव सिंह जी होंदे सन गुरु के जंडियाले उदों भी दास बाबा जी दे नाल उहनां कोल जांदे रहे और उन्हों का देहांत हो गया साढ़े सत्कार योग एस एस पी साहब और साहब जगजीत सिंह जी इस प्रकार
ਪਿੰਡ ਰਹਿੰਦੇ ਹੋਏ ਲਾਡੀ ਜੀ ਸਾਰੇ ਜਿਨ੍ਹਾਂ ਨੂੰ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ। ਕਈ ਵਾਰ ਇਹ ਹੁੰਦਾ ਹੈ ਕਿ ਬਜ਼ੁਰਗ ਤੇ ਆਪ ਸੁਨੇਹ ਰੱਖਦਾ, ਆਉਣ ਵਾਲੀ ਜਨਰੇਸ਼ਨ ਨੂੰ ਵੀ ਦਾਸ ਬੇਨਤੀ ਕਰਦਾ ਕਿ ਇਸੇ ਪ੍ਰਕਾਰ ਗੁਰੂ ਚਰਨਾਂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕਰਕੇ ਸ਼ਬਦ ਦਾ ਪੱਲਾ ਫੜ ਕੇ ਔਰ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਆਪਣੇ ਲੋਕ ਸੁਖੀ ਪਰਲੋਕ ਸੁਹੇਲੇ ਕਰਨ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਪ੍ਰਭੂ ਪਿਤਾ ਦੀ ਗੋਦ ਦਾ ਨਿੱਘ ਮਾਣ ਰਹੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵੈਕੁੰਠ ਸਾਹਿਬ 'ਚ ਬੈਠਣ ਦਾ ਸਮਾਂ ਹੈ। ਜਦੋਂ ਅਸੀਂ ਆਪਣੇ ਪਿਤਾ ਦੀ ਗੋਦ ਦੇ ਵਿੱਚ ਬੈਠੇ ਹਾਂ, ਦੁਨਿਆਵੀ ਕੰਮ ਇਸ ਤਰ੍ਹਾਂ ਸਾਨੂੰ ਖਿੱਚ ਕੇ ਲੈ ਜਾਂਦੇ ਨੇ ਜਿਸ ਤਰ੍ਹਾਂ ਧਰੂ ਭਗਤ ਨੂੰ ਪਿਤਾ ਦੀ ਗੋਦੀ ਦੇ ਵਿੱਚ ਉਠਾ ਲਿਆ ਸੀ ਬਾਹੋਂ ਪਕੜ। ਜਿਨ੍ਹਾਂ ਦੇ ਕੁਛ ਨਾਮ ਰਹਿ ਗਏ ਸੀ ਜਾਂ ਸ਼ੋਕ ਮਤੇ ਰਹਿ ਗਏ ਸੀ ਉਹਨਾਂ ਦੇ ਨਾਮ ਲੈ ਰਹੇ ਅਸੀਂ। ਇੱਕ ਤਾਂ ਜਦੋਂ ਕੌਮ 'ਤੇ ਬਹੁਤ ਮੁਸ਼ਕਿਲ ਘੜੀ ਆਈ, ਪੰਜ ਪਿਆਰਿਆਂ ਨੇ ਕੌਮ ਨੂੰ ਅਗਵਾਈ ਦਿੱਤੀ ਬਰਗਾੜੀ ਖੇਡ ਦੇ ਕਾਂਡ ਦੇ ਵਿੱਚ, ਉਹ ਸਾਡੇ ਕੋਲ ਪਹੁੰਚੇ ਹੋਏ ਨੇ, ਉਹਨਾਂ ਦਾ ਇੱਥੇ ਧਰਵਾ ਦੇ ਪਹੁੰਚਣ ਲਈ। ਉਸ ਤੋਂ ਇਲਾਵਾ ਐਕਸ ਡੀ ਜੀ ਪੀ ਆਰ ਪੀ ਸਿੰਘ ਜੀ ਆਈ ਪੀ ਐੱਸ ਉਹ ਪਹੁੰਚੇ ਨੇ, ਸਰਦਾਰ ਜਸਪਾਲ ਸਿੰਘ ਜੀ ਹੇਰਾ ਪਹਿਲੇ ਦਾ ਅਖਬਾਰ ਤੋਂ ਜੋ ਕਿ ਪੰਥ ਦੀ ਬਹੁਤ ਸੁਚੱਜੀ ਅਗਵਾਈ ਕਰ ਰਹੇ ਨੇ ਉਹ ਪਹੁੰਚੇ ਨੇ। ਜੱਲਾ ਸਾਹਿਬ ਹਰਪਾਲ ਸਿੰਘ ਜੱਲਾ ਜੀ ਜੋ ਕਿ ਅਡੀਸ਼ਨਲ ਵਾਈਸ ਪ੍ਰੈਜੀਡੈਂਟ ਨੇ ਐੱਸ ਜੀ ਪੀ ਸੀ ਦੇ, ਉਹ ਪਹੁੰਚੇ ਨੇ। ਇਸ ਤੋਂ ਇਲਾਵਾ ਏ ਆਈ ਜੀ ਸ਼ਾਰਦਾ ਸਾਹਿਬ ਪਹੁੰਚੇ ਹੋਏ ਨੇ, ਸਾਹਿਬ ਕਬੀਰ ਸਿੰਘ ਜੀ ਜੋ ਕਿ ਗੁਰਦੁਆਰਾ ਸਿੰਘ ਸਭਾ ਸਾਹਿਬਾ ਨਗਰ ਦੇ ਪ੍ਰਧਾਨ ਨੇ, ਉਹਨਾਂ ਨੂੰ ਵੀ ਦੇਖਦੇ ਆ ਕਿ ਉਹ ਵੀ ਆਪਣੀ ਪੌੜੀ ਜਸਕਰਨਜੀਤ ਸਿੰਘ ਜੀ ਇਹ ਜ਼ਿੰਮੇਵਾਰੀ ਦੀ ਪੌੜੀ ਹੈ ਵਿੱਚ ਗਿੱਲ ਸਾਹਿਬ ਨੇ ਆਪਣੀ ਜ਼ਿੰਦਗੀ 'ਚ ਪੂਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਔਰ ਹੁਣ ਇਹ ਜ਼ਿੰਮੇਵਾਰੀ ਬੱਚੇ ਤੇਰੇ ਸਿੱਖਿਆ ਹੋਣ ਲੱਗੀ ਹੈ। ਇੱਕ ਪਗੜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਦਿੱਤੀ ਜਾਣੀ ਹੈ। ਜੱਦਾ ਸਾਹਿਬ ਨੂੰ ਬੇਨਤੀ ਹੈ ਕਿਉਂਕਿ ਉਹ ਪਗੜੀ ਦੇ ਰਹੇ ਨੇ, ਸੋ ਰਸਮ ਪਗੜੀ ਹੋ ਗਈ ਹੈ। ਇੱਕ ਵਾਰ ਫਿਰ ਆਪ ਸਾਰਿਆਂ ਨੂੰ ਲੰਗਰ ਦੀ ਬੇਨਤੀ ਹੈ। ਇੱਕ ਪਗੜੀ ਜ਼ਿੰਮੇਵਾਰਾਂ ਦਾ ਜੋ ਭਾਰ ਹੈ ਉਹ ਮੁੱਖ ਵਿਦਵਾਨਾਂ 'ਚੋਂ ਨੇ। ਅੱਜ ਅਸੀਂ ਆਪ ਜੀ ਦਾ ਥੋੜ੍ਹਾ ਸਮਾਂ ਲੈ ਲਿਆ, ਪਰ ਉੱਥੇ ਇਹ ਵੀ ਕਿਹਾ ਜਾਂਦਾ ਹੈ ਕਿ ਮੌਤ ਇੱਕ ਬਹੁਤ ਵੱਡਾ ਮੁਹਾਜ਼ਮਾ ਹੁੰਦੀ ਹੈ। ਜਦੋਂ ਅਸੀਂ ਕਿਸੇ ਮੌਤ ਦੇ ਭੋਗ ਕੇ ਸੁਣਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਜਦੋਂ ਲੋਹਾ ਗਰਮ ਹੋਵੇ ਸੱਟ ਲਾ ਲੈਣੀ ਚਾਹੀਦੀ ਹੈ, ਪਰ ਅੱਜ ਕੌਮ ਦੇ ਸਾਰੇ ਵਿਦਵਾਨਾਂ ਨੇ ਇਸ ਮੌਕੇ ਸੱਟ ਲਾ ਕੇ ਸਾਨੂੰ ਨਵਾਂ ਇੱਕ ਸ਼ੋਕ ਪਤਾ ਕਿ ਜ਼ਰੂਰ ਪਿਆ ਹੈ ਗੁਰਦੁਆਰਾ ਸੁਖ ਸਾਧਨ ਸਿੰਘ ਸਭਾ ਸਾਹਮਣੇ ਨਵੇਂ ਸਾਥੀ ਮੰਡੀ ਪੈਟਰੋਲ ਪੰਪ ਸਟੇਟ ਕਾਰ ਲੁਧਿਆਣਾ ਤੋਂ ਇਹਨਾਂ ਦਾ ਵੀ ਧੰਨਵਾਦ ਹੈ। ਇੱਕ ਸ਼ੋਕ ਪਤਾ ਗੁਰਸਾਗਰ ਟਰੱਸਟ ਤੋਂ ਮਿਲਿਆ ਹੈ ਜੋ ਕਿ ਸਟੇਟ ਕਾਰ ਤੋਂ ਆਇਆ ਹੈ, ਸਰਦਾਰ ਜਪਜੀਤ ਸਿੰਘ ਜੀ ਲੈ ਕੇ ਆਏ ਸਨ, ਇਹਨਾਂ ਦਾ ਵੀ ਧੰਨਵਾਦ ਹੈ। ਥੈਂਕ ਯੂ।